ਸਕੂਲੀ ਬੱਚਿਆਂ ਦੇ ਨਾਲ ਭਰੀ ਇੱਕ ਕਿਸ਼ਤੀ ਹਾਦਸੇ ਦਾ ਸ਼ਿਕਾਰ ਹੋਈ ਹੈ। ਦੱਸ ਦਈਏ ਕਿ ਨਦੀ ਦੇ ਵਿੱਚ ਇਹ ਕਿਸ਼ਤੀ ਪਲਟੀ ਹੋਈ ਹੈ, ਜਿਸ ਦੇ ਵਿੱਚ 10 ਤੋਂ 12 ਬੱਚੇ ਸਕੂਲੀ ਇਸ ਦੇ ਵਿੱਚ ਸਵਾਰ ਦੱਸੇ ਜਾ ਰਹੇ ਸੀ। ਹਾਲਾਂਕਿ ਰੋਜ਼ ਦੀ ਤਰ੍ਹਾਂ ਹੀ ਇਹ ਨਦੀ ਪਾਰ ਕਰਕੇ ਆਪਣੇ ਸਕੂਲ ਜਾਂਦੇ ਸੀ, ਪਰ ਅੱਜ ਜੋ ਹੈ ਇੱਕ ਵੱਡਾ ਹਾਦਸਾ ਵਾਪਰਿਆ। 10 ਤੋਂ 12 ਬੱਚਿਆਂ ਦੇ ਨਾਲ ਭਰੀ ਇੱਕ ਕਿਸ਼ਤੀ ਨਦੀ ਦੇ ਵਿੱਚ ਪਲਟ ਗਈ ਹੈ, ਜਿਸ ਦੇ ਕਾਰਨ ਕਿਹਾ ਜਾ ਰਿਹਾ ਕਿ ਸਾਰੇ ਹੀ ਬੱਚੇ ਲਾਪਤਾ ਨੇ। ਤਾਂ ਇਸ ਕਿਸ਼ਤੀ ਦੇ ਵਿੱਚ ਕੁਝ ਸਥਾਨਕ ਲੋਕ ਵੀ ਮੌਜੂਦ ਸੀ ਤੇ ਉਹ ਵੀ ਇਸ ਦੇ ਵਿੱਚ ਲਾਪਤਾ ਹੋਏ ਨੇ। ਫਿਲਹਾਲ ਰੈਸਕਿਊ ਆਪਰੇਸ਼ਨ ਵੱਡੇ ਪੱਧਰ ਤੇ ਚਲਾਇਆ ਜਾ ਰਿਹਾ ਤੇ ਹਾਲੇ ਤੱਕ 4 ਲਾਸ਼ਾਂ ਨੂੰ ਬਰਾਮਦ ਕੀਤਾ ਗਿਆ। ਕਿਹਾ ਜਾ ਰਿਹਾ ਕਿ 10 ਤੋਂ 12 ਬੱਚੇ ਜੋ ਇਸ ਦੇ ਵਿੱਚ ਸਵਾਰ ਸੀ, ਹਾਲੇ ਤੱਕ ਉਹਨਾਂ ਦਾ ਕੋਈ ਵੀ ਪਤਾ ਨਹੀਂ ਲੱਗ ਸਕਿਆ। ਤਾਂ ਸਵੇਰੇ ਸਵੇਰੇ ਇਹ ਤੜਕੇ ਹਾਦਸਾ ਵਾਪਰਿਆ। 10 ਤੋਂ 12 ਬੱਚੇ ਬੜੇ ਚਾਵਾਂ ਦੇ ਨਾਲ ਤਿਆਰ ਹੋ ਕੇ ਘਰ ਤੋਂ ਆਪਣੇ ਸਕੂਲ ਜਾਣ ਦੇ ਲਈ ਰਵਾਨਾ ਹੋਏ ਸੀ। ਕਿਸ਼ਤੀ ਰਾਹੀਂ ਇਹ ਪਾਰ ਕਰ ਰਹੇ ਸੀ, ਪਰ ਰਸਤੇ ਦੇ ਵਿੱਚ ਹੀ ਕਿਹਾ ਜਾ ਰਿਹਾ ਕਿਸ਼ਤੀ ਜੋ ਹੈ ਆਪਣਾ ਸੰਤੁਲਨ ਖੋ ਪੈਂਦੀ ਹੈ ਤੇ ਇੱਕ ਪਾਸੇ ਨੂੰ ਇਹ ਪਲਟੀ ਹੋ ਜਾਂਦੀ ਹੈ, ਜਿਸ ਤੋਂ ਬਾਅਦ 10 ਤੋਂ 12 ਸਕੂਲੀ ਬੱਚਿਆਂ ਦੇ ਨਾਲ ਨਾਲ ਕੁਝ ਸਥਾਨਕ ਲੋਕ ਵੀ ਇਸ ਕਿਸ਼ਤੀ ਦੇ ਵਿੱਚ ਮੌਜੂਦ ਹੁੰਦੇ ਨੇ ਤੇ ਸਾਰੇ ਹੀ ਨਦੀ ਦੇ ਤੇਜ਼ ਵਹਾਅ ਦੇ ਵਿੱਚ ਵਹਿ ਜਾਂਦੇ ਨੇ। ਹਾਲਾਂਕਿ ਲਗਾਤਾਰ ਬਾਰਿਸ਼ ਹੋ ਰਹੀ ਹੈ, ਬਾਰਿਸ਼ ਦੇ ਕਾਰਨ ਜੋ ਨਦੀਆਂ ਦਾ ਪੱਧਰ ਹੈ ਉਹ ਵਧਿਆ ਹੋਇਆ ਹੈ ਤੇ ਇਸੀ ਪਾਣੀ ਦੇ ਵਧਣ ਦੇ ਕਾਰਨ ਕਿਹਾ ਜਾ ਰਿਹਾ ਕਿ ਕਿਸ਼ਤੀ ਬੇਕਾਬੂ ਹੋ ਜਾਂਦੀ ਹੈ। ਤਾਂ ਦੱਸ ਦਈਏ ਕਿ ਸ਼੍ਰੀਨਗਰ ਤੋਂ ਇਹ ਮਾਮਲਾ ਸਾਹਮਣੇ ਆਇਆ, ਜਿੱਥੇ ਇੱਕ ਸਕੂਲੀ ਬੱਚਿਆਂ ਦੇ ਨਾਲ ਭਰੀ ਕਿਸ਼ਤੀ ਪਲਟੀ ਹੋਈ ਹੈ। ਹਾਲਾਂਕਿ ਵੱਡੀ ਗਿਣਤੀ ਦੇ ਵਿੱਚ ਇੱਥੇ ਸੈਲਾਨੀ ਵੀ ਪਹੁੰਚਦੇ ਨੇ ਘੁੰਮਣ ਦੇ ਲਈ। ਤਾਂ ਜੇਹਲਮ ਨਦੀ ਦੇ ਵਿੱਚ ਇਹ ਭਿਆਨਕ ਹਾਦਸਾ ਵਾਪਰਿਆ, ਜਿੱਥੇ ਕਿ ਸਕੂਲੀ ਬੱਚਿਆਂ ਦੇ ਨਾਲ ਭਰੀ ਇੱਕ ਕਿਸ਼ਤੀ ਪਲਟੀ ਹੋ ਗਈ। ਕੁਝ ਸਥਾਨਕ ਲੋਕ ਵੀ ਇਸ ਦੇ ਵਿੱਚ ਮੌਜੂਦ ਸੀ ਤੇ ਹਾਲੇ ਤੱਕ 4 ਲੋਕਾਂ ਦੀ ਲਾਸ਼ ਇਸ ਦੇ ਵਿੱਚ ਬਰਾਮਦ ਹੋਈ ਹੈ। ਹਾਲਾਂਕਿ ਜਦੋਂ ਇਹ ਹਾਦਸਾ ਵਾਪਰਿਆ ਤਾਂ ਲੋਕਾਂ ਦੇ ਇਲਜ਼ਾਮ ਨੇ ਕਿ ਉਹਨਾਂ ਨੇ ਤੁਰੰਤ ਮੌਕੇ ਦੇ ਉੱਤੇ ਰੈਸਕਿਊ ਟੀਮਾਂ ਨੂੰ ਫੋਨ ਕੀਤਾ, ਪੁਲਿਸ ਨੂੰ ਫੋਨ ਕੀਤਾ, ਪਰ 2 ਘੰਟੇ ਤੱਕ ਇੱਥੇ ਕੋਈ ਵੀ ਨਹੀਂ ਪਹੁੰਚਿਆ, ਜਿਸ ਦੇ ਕਾਰਨ ਸਾਰੇ ਹੀ ਇਸ ਦੇ ਵਿੱਚ ਲਾਪਤਾ ਹੋ ਗਏ। ਫਿਲਹਾਲ ਗੋਤਾਖੋਰਾਂ ਦੀ ਮਦਦ ਲਈ ਜਾ ਰਹੀ ਹੈ, ਗੋਤਾਖੋਰਾਂ ਦੇ ਵੱਲੋਂ ਲਗਾਤਾਰ ਹੁਣ ਲਾਸ਼ਾਂ ਦੀ ਭਾਲ ਕੀਤੀ ਜਾ ਰਹੀ ਹੈ। ਤਾਂ ਦੱਸ ਦਈਏ ਕਿ ਕਈ ਲੋਕ ਇਸ ਨਦੀ ਦੇ ਵਿੱਚ ਲਾਪਤਾ ਹੋਏ ਨੇ, 12 ਸਕੂਲੀ ਬੱਚੇ ਜੋ ਸੀ ਉਹ ਵੀ ਹਾਲੇ ਤੱਕ ਉਹਨਾਂ ਦਾ ਕੋਈ ਵੀ ਸੁਰਾਗ ਨਹੀਂ ਮਿਲਿਆ। ਤਾਂ ਸ਼੍ਰੀਨਗਰ ਦੇ ਵਿੱਚ ਇਹ ਹਾਦਸਾ ਵਾਪਰਿਆ, ਜੇਹਲਮ ਨਦੀ ਦੇ ਵਿੱਚ ਕਿਸ਼ਤੀ ਪਲਟੀ ਹੈ, ਸਕੂਲੀ ਬੱਚਿਆਂ ਦੇ ਨਾਲ ਭਰੀ ਹੋਈ ਇਹ ਕਿਸ਼ਤੀ ਦੱਸੀ ਜਾ ਰਹੀ ਹੈ, ਜਿਸ ਦੇ ਵਿੱਚ ਸਾਰੇ ਹੀ ਬੱਚੇ ਲਾਪਤਾ ਹੋ ਗਏ ਨੇ। ਸਕੂਲੀ ਬੱਚਿਆਂ ਦੇ ਨਾਲ ਭਰੀ ਇੱਕ ਕਿਸ਼ਤੀ ਹਾਦਸੇ ਦਾ ਸ਼ਿਕਾਰ ਹੋਈ ਹੈ। ਦੱਸ ਦਈਏ ਕਿ ਨਦੀ ਦੇ ਵਿੱਚ ਇਹ ਕਿਸ਼ਤੀ ਪਲਟੀ ਹੋਈ ਹੈ, ਜਿਸ ਦੇ ਵਿੱਚ 10 ਤੋਂ 12 ਬੱਚੇ ਸਕੂਲੀ ਇਸ ਦੇ ਵਿੱਚ ਸਵਾਰ ਦੱਸੇ ਜਾ ਰਹੇ ਸੀ। ਹਾਲਾਂਕਿ ਰੋਜ਼ ਦੀ ਤਰ੍ਹਾਂ ਹੀ ਇਹ ਨਦੀ ਪਾਰ ਕਰਕੇ ਆਪਣੇ ਸਕੂਲ ਜਾਂਦੇ ਸੀ, ਪਰ ਅੱਜ ਜੋ ਹੈ ਇੱਕ ਵੱਡਾ ਹਾਦਸਾ ਵਾਪਰਿਆ। 10 ਤੋਂ 12 ਬੱਚਿਆਂ ਦੇ ਨਾਲ ਭਰੀ ਇੱਕ ਕਿਸ਼ਤੀ ਨਦੀ ਦੇ ਵਿੱਚ ਪਲਟ ਗਈ ਹੈ, ਜਿਸ ਦੇ ਕਾਰਨ ਕਿਹਾ ਜਾ ਰਿਹਾ ਕਿ ਸਾਰੇ ਹੀ ਬੱਚੇ ਲਾਪਤਾ ਨੇ। ਤਾਂ ਇਸ ਕਿਸ਼ਤੀ ਦੇ ਵਿੱਚ ਕੁਝ ਸਥਾਨਕ ਲੋਕ ਵੀ ਮੌਜੂਦ ਸੀ ਤੇ ਉਹ ਵੀ ਇਸ ਦੇ ਵਿੱਚ ਲਾਪਤਾ ਹੋਏ ਨੇ। ਫਿਲਹਾਲ ਰੈਸਕਿਊ ਆਪਰੇਸ਼ਨ ਵੱਡੇ ਪੱਧਰ ਤੇ ਚਲਾਇਆ ਜਾ ਰਿਹਾ ਤੇ ਹਾਲੇ ਤੱਕ 4 ਲਾਸ਼ਾਂ ਨੂੰ ਬਰਾਮਦ ਕੀਤਾ ਗਿਆ। ਕਿਹਾ ਜਾ ਰਿਹਾ ਕਿ 10 ਤੋਂ 12 ਬੱਚੇ ਜੋ ਇਸ ਦੇ ਵਿੱਚ ਸਵਾਰ ਸੀ, ਹਾਲੇ ਤੱਕ ਉਹਨਾਂ ਦਾ ਕੋਈ ਵੀ ਪਤਾ ਨਹੀਂ ਲੱਗ ਸਕਿਆ। ਤਾਂ ਸਵੇਰੇ ਸਵੇਰੇ ਇਹ ਤੜਕੇ ਹਾਦਸਾ ਵਾਪਰਿਆ। 10 ਤੋਂ 12 ਬੱਚੇ ਬੜੇ ਚਾਵਾਂ ਦੇ ਨਾਲ ਤਿਆਰ ਹੋ ਕੇ ਘਰ ਤੋਂ ਆਪਣੇ ਸਕੂਲ ਜਾਣ ਦੇ ਲਈ ਰਵਾਨਾ ਹੋਏ ਸੀ। ਕਿਸ਼ਤੀ ਰਾਹੀਂ ਇਹ ਪਾਰ ਕਰ ਰਹੇ ਸੀ, ਪਰ ਰਸਤੇ ਦੇ ਵਿੱਚ ਹੀ ਕਿਹਾ ਜਾ ਰਿਹਾ ਹੈ ਕਿਸ਼ਤੀ ਜੋ ਹੈ ਆਪਣਾ ਸੰਤੁਲਨ ਖੋ ਪੈਂਦੀ ਹੈ ਤੇ ਇੱਕ ਪਾਸੇ ਨੂੰ ਇਹ ਪਲਟੀ ਹੋ ਜਾਂਦੀ ਹੈ, ਜਿਸ ਤੋਂ ਬਾਅਦ 10 ਤੋਂ 12 ਸਕੂਲੀ ਬੱਚਿਆਂ ਦੇ ਨਾਲ ਨਾਲ ਕੁਝ ਸਥਾਨਕ ਲੋਕ ਵੀ ਇਸ ਕਿਸ਼ਤੀ ਦੇ ਵਿੱਚ ਮੌਜੂਦ ਹੁੰਦੇ ਨੇ ਤੇ ਸਾਰੇ ਹੀ ਨਦੀ ਦੇ ਤੇਜ਼ ਵਹਾਅ ਦੇ ਵਿੱਚ ਵਹਿ ਜਾਂਦੇ ਨੇ। ਹਾਲਾਂਕਿ ਲਗਾਤਾਰ ਬਾਰਿਸ਼ ਹੋ ਰਹੀ ਹੈ, ਬਾਰਿਸ਼ ਦੇ ਕਾਰਨ ਜੋ ਨਦੀਆਂ ਦਾ ਪੱਧਰ ਹੈ ਉਹ ਵਧਿਆ ਹੋਇਆ ਹੈ ਤੇ ਇਸੀ ਪਾਣੀ ਦੇ ਵਧਣ ਦੇ ਕਾਰਨ ਕਿਹਾ ਜਾ ਰਿਹਾ ਕਿ ਕਿਸ਼ਤੀ ਬੇਕਾਬੂ ਹੋ ਜਾਂਦੀ ਹੈ। ਤਾਂ ਦੱਸ ਦਈਏ ਕਿ ਸ਼੍ਰੀਨਗਰ ਤੋਂ ਇਹ ਮਾਮਲਾ ਸਾਹਮਣੇ ਆਇਆ,
ਜਿੱਥੇ ਇੱਕ ਸਕੂਲੀ ਬੱਚਿਆਂ ਦੇ ਨਾਲ ਭਰੀ ਕਿਸ਼ਤੀ ਪਲਟੀ ਹੋਈ ਹੈ। ਹਾਲਾਂਕਿ ਵੱਡੀ ਗਿਣਤੀ ਦੇ ਵਿੱਚ ਇੱਥੇ ਸੈਲਾਨੀ ਵੀ ਪਹੁੰਚਦੇ ਨੇ ਘੁੰਮਣ ਦੇ ਲਈ, ਤਾਂ ਜੇਹਲਮ ਨਦੀ ਦੇ ਵਿੱਚ ਇਹ ਭਿਆਨਕ ਹਾਦਸਾ ਵਾਪਰਿਆ ਜਿੱਥੇ ਕਿ ਸਕੂਲੀ ਬੱਚਿਆਂ ਦੇ ਨਾਲ ਭਰੀ ਇੱਕ ਕਿਸ਼ਤੀ ਪਲਟੀ ਹੋ ਗਈ। ਕੁਝ ਸਥਾਨਕ ਲੋਕ ਵੀ ਇਸ ਦੇ ਵਿੱਚ ਮੌਜੂਦ ਸੀ ਤੇ ਹਾਲੇ ਤੱਕ 4 ਲੋਕਾਂ ਦੀ ਲਾਸ਼ ਇਸ ਦੇ ਵਿੱਚ ਬਰਾਮਦ ਹੋਈ ਹੈ। ਹਾਲਾਂਕਿ ਜਦੋਂ ਇਹ ਹਾਦਸਾ ਵਾਪਰਿਆ ਤਾਂ ਲੋਕਾਂ ਦੇ ਇਲਜ਼ਾਮ ਨੇ ਕਿ ਉਹਨਾਂ ਨੇ ਤੁਰੰਤ ਮੌਕੇ ਦੇ ਉੱਤੇ ਰੈਸਕਿਊ ਟੀਮਾਂ ਨੂੰ ਫੋਨ ਕੀਤਾ, ਪੁਲਿਸ ਨੂੰ ਫੋਨ ਕੀਤਾ, ਪਰ 2 ਘੰਟੇ ਤੱਕ ਇੱਥੇ ਕੋਈ ਵੀ ਨਹੀਂ ਪਹੁੰਚਿਆ, ਜਿਸ ਦੇ ਕਾਰਨ ਸਾਰੇ ਹੀ ਇਸ ਦੇ ਵਿੱਚ ਲਾਪਤਾ ਹੋ ਗਏ। ਫਿਲਹਾਲ ਗੋਤਾਖੋਰਾਂ ਦੀ ਮਦਦ ਲਈ ਜਾ ਰਹੀ ਹੈ, ਗੋਤਾਖੋਰਾਂ ਦੇ ਵੱਲੋਂ ਲਗਾਤਾਰ ਹੁਣ ਲਾਸ਼ਾਂ ਦੀ ਭਾਲ ਕੀਤੀ ਜਾ ਰਹੀ ਹੈ। ਤਾਂ ਦੱਸ ਦਈਏ ਕਿ ਕਈ ਲੋਕ ਇਸ ਨਦੀ ਦੇ ਵਿੱਚ ਲਾਪਤਾ ਹੋਏ ਨੇ, 12 ਸਕੂਲੀ ਬੱਚੇ ਜੋ ਸੀ ਉਹ ਵੀ ਹਾਲੇ ਤੱਕ ਉਹਨਾਂ ਦਾ ਕੋਈ ਵੀ ਸੁਰਾਗ ਨਹੀਂ ਮਿਲਿਆ। ਤਾਂ ਸ਼੍ਰੀਨਗਰ ਦੇ ਵਿੱਚ ਇਹ ਹਾਦਸਾ ਵਾਪਰਿਆ, ਜੇਹਲਮ ਨਦੀ ਦੇ ਵਿੱਚ ਕਿਸ਼ਤੀ ਪਲਟੀ ਹੈ, ਸਕੂਲੀ ਬੱਚਿਆਂ ਦੇ ਨਾਲ ਭਰੀ ਹੋਈ ਇਹ ਕਿਸ਼ਤੀ ਦੱਸੀ ਜਾ ਰਹੀ ਹੈ, ਜਿਸ ਦੇ ਵਿੱਚ ਸਾਰੇ ਹੀ ਬੱਚੇ ਲਾਪਤਾ ਹੋ ਗਏ ਨੇ।